ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਕਾਰਯੋਗ ਸਤਸੰਗ ਜੀਓ ਸੰਸਾਰ ਦੇ ਅੰਦਰ ਤਿੰਨ ਪ੍ਰਕਾਰ ਦੀ ਕਾਮਨਾ ਪ੍ਰਮੁੱਖ ਪਾਈ ਜਾਂਦੀ ਆ ਇੱਕ ਹੈ ਕਾਮਨਾ ਧਨ ਦੀ ਪ੍ਰਾਪਤੀ ਵਾਸਤੇ ਦੂਸਰੀ ਕਾਮਨਾ ਹੁੰਦੀ ਆ ਪੁੱਤਰ ਦੀ ਪ੍ਰਾਪਤੀ ਵਾਸਤੇ ਤੀਸਰੀ ਜਿਹੜੀ ਸੰਸਾਰੀ ਕਾਮਨਾ ਹੈ ਉਹ ਹੈ ਸੰਸਾਰ ਦੇ ਅੰਦਰ যশ ਸ਼ੋਭਾ ਬੜਿਾਈ ਸੋ ਤਿੰਨ ਪ੍ਰਕਾਰ ਦੀਆਂ ਕਾਮਨਾਵਾਂ ਇਨਸਾਨ ਦੀਆਂ ਪਹਿਲੇ ਨੰਬਰ ਤੇ ਰੱਖੀਆਂ ਜਾਂਦੀਆਂ ਸੋ ਦੇਖੋ ਧੰਨ ਦਾ ਪ੍ਰਾਪਤ ਹੋ ਜਾਣਾ ਕੋਈ ਮਾੜੀ ਗੱਲ ਨਹੀਂ ਪੁੱਤਰ ਮਿਲਣਾ ਜਾਂ ਸੰਸਾਰ ਦੇ ਅੰਦਰ ਸ਼ੋਭਾ ਮਿਲਣੀ অতি ਉੱਤਮ ਗੱਲ ਹੈ ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਸਾਨੂੰ ਇਸ ਚੀਜ਼ ਦਾ ਮਾਣ ਹੋ ਜਾਂਦਾ ਹੰਕਾਰ ਹੋ ਜਾਂਦਾ ਜਿਹੜਾ ਅਸਲ ਦੇ ਵਿੱਚ ਹੰਕਾਰ ਵਾਹਨਾ ਇਹ ਜੋੜਾ ਹੰਕਾਰ ਹੈ ਇਹ ਨਾਸ਼ ਦੀ ਫੇ ਜੜ ਬਣ ਜਾਂਦਾ ਸਮਾ ਪਾ ਕੇ ਹੰਕਾਰ ਐਸਾ ਭਿਆਨਕ ਰੂਪ ਧਾਰਨ ਕਰ ਲੈਂਦਾ ਕਿ ਆਦਮੀ ਦੀ ਸਾਰੀ ਕੀਤੀ ਕਿਰਾਈ ਦੁਨੀਆ ਦੀ ਜਿੰਨੀ ਵੀ ਮਿਹਨਤ ਹੈਗੀ ਉਹਨੂੰ ਸ਼ਿੱਕੇ ਟੰਗ ਦਿੰਦਾ ਉਹਨੂੰ ਕਲੰਕਿਤ ਕਰ ਦਿੰਦਾ ਇਸ ਤਰ੍ਹਾਂ ਦੇ ਜਿਹੜੇ ਇਤਿਹਾਸ ਦੇ ਪੰਨੇ ਉੱਪਰ ਉਹ ਭਰੇ ਪਏ ਆ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇੱਕ ਗਵਈਆ ਤੈਨ ਸੈਨ ਹੋਇਆ ਜਿਹੜਾ ਤੈਨ ਸੈਨ ਗਵਈਆ ਸੀਗਾ ਆਪ ਸੰਗਤਾਂ ਜਾਣਦੀਆਂ ਕਿ ਇਹ ਗਵਾਲੀਅਰ ਦੇ ਰਾਜੇ ਦੇ ਦਰਬਾਰ ਦੇ ਵਿੱਚ ਸੰਗੀਤ ਸੁਣਾਉਂਦਾ ਹੁੰਦਾ ਸੀ ਰਾਜੇ ਨੂੰ ਸੋ ਇਹਦੀ ਸੰਗੀਤ ਦੀ ਜਿਹੜੀ ਪ੍ਰਸਿੱਧੀ ਸੀਗੀ ਪੂਰੇ ਭਾਰਤ ਵਰਸ਼ ਤੇ ਵੀ ਜਿਹੜੀ ਸੀ ਉਹਨਾਂ ਟਾਈਮਾਂ ਦੇ ਵਿੱਚ ਹੋਈ ਸੋ ਇਹਦੀ ਕਲਾ ਦੇ ਉੱਤੇ ਜਿਹੜੇ ਸੀਗੇ ਉਹ ਰਾਜਿਆਂ ਦੇ ਵਿੱਚ ਇੰਨੀ ਖਿੱਚ ਪਈ ਕਿ ਉਸ ਟਾਈਮ ਦਾ ਜਿਹੜਾ ਮਸ਼ਹੂਰ ਸਮਰਾਟ ਅਕਬਰ ਭਾਰਤ ਦਾ ਰਾਜਾ ਸੀਗਾ ਉਹਨੇ ਗਵਾਲੀਅਰ ਦੇ ਰਾਜੇ ਤੋਂ ਤਾਨ ਸਿੰਘ ਵਈਏ ਨੂੰ ਆਪਣੇ ਪਾਸ ਮੰਗਾਇਆ ਸੀ ਪਰ ਗਵਾਲੀਅਰ ਦੇ ਰਾਜੇ ਨੇ ਇਹਨੂੰ ਦੇਣ ਤੋਂ ਨਾ ਕਰ ਦਿੱਤੀ ਸੀ ਜਿਸ ਕਰਕੇ ਤਾਨ ਸਿੰਘ ਨੂੰ ਲਿਆਉਣ ਵਾਸਤੇ ਅਕਬਰ ਨੂੰ ਗਵਾਲੀਅਰ ਦੇ ਰਾਜੇ ਨਾਲ ਜੰਦ ਕਰਨਾ ਪਿਆ ਸੀਗਾ ਤੇ ਇਸ ਜੰਦ ਦੇ ਜਿੱਤ ਦੇ ਵਿੱਚ ਫਿਰ ਤਾਨ ਸਿੰਘ ਵਈਆ ਜਿਹੜਾ ਸੀਗਾ ਉਹ ਅਕਬਰ ਨੇ ਆਪਣੇ ਦਰਬਾਰ ਦੇ ਵਿੱਚ ਲੈ ਆਂਦਾ ਸੀ ਸੋ ਤੈਨ ਸੰਗ ਦੀਆਂ ਜਿਹੜੀਆਂ ਸੰਗੀਤ ਦੀਆਂ ਕਲਾ ਦੀਆਂ ਬੜੀਆਂ ਹੀ ਨਾ ਵੱਡੀਆਂ ਸੀਗੀਆਂ ਕਿ ਇਹਦੇ ਕੋਲ ਸੰਗੀਤ ਦੀ ਵਿੱਦਿਆ ਦਾ ਐਸਾ ਵੱਡਾ ਭੰਡਾਰ ਸੀਗਾ ਕਿ ਇਹ ਜਿਹੜੇ ਬੁਝੇ ਦੀਵੇ ਸੀਗੇ ਰਾਤ ਨੂੰ ਉਹ ਵੀ ਜਗਾ ਦਿੰਦਾ ਸੀਗਾ ਜਿਵੇਂ ਹਿਰਨ ਹੈਗੇ ਮਿਰਦ ਹੈਗੇ ਆ ਜਿਹੜੇ ਇਹ ਜਾਨਵਰ ਜਿਹੜੇ ਸੀਗੇ ਜਦ ਇਹਦਾ ਸੰਗੀਤ ਉਹਨਾਂ ਦੇ ਕੰਨਾਂ 'ਚ ਪੈਂਦਾ ਸੀਗਾ ਉਹ ਜਾਨਵਰ ਵੀ ਜਿਹੜੇ ਸੀਗੇ ਭੱਜ ਕੇ ਇਹਦੇ ਪਾਸ ਆ ਜਾਂਦੇ ਸੀਗੇ ਇਥੋਂ ਤੱਕ ਇਹ ਬਗਦਾ ਦਰਿਆ ਜਿਹੜਾ ਸੀਗਾ ਪਾਣੀ ਜਿਹੜਾ ਸੀਗਾ ਉਹਨੂੰ ਵੀ ਰੋਕ ਦਿੰਦਾ ਸੀਗਾ ਐਸੀ ਇਹਦੀ ਕਲਾ ਦੀ ਅਦੁੱਪਤ ਚਮਤਕਾਰੀ ਸੀ। ਇੱਕ ਵਾਰ ਦੱਸਦੇ ਜਾ ਕੇ ਤੈਨ ਸਿੰਘ ਬਈਏ ਨੇ ਹਨਾ ਬਹੁਤ ਹੀ ਜਿਹੜੇ ਹਨਾ ਸ਼ਰੀਲੇ ਸੁਰ ਦੇ ਵਿੱਚ ਅਕਬਰ ਨੂੰ ਸੰਗੀਤ ਸੁਣਾਇਆ ਸੀ। ਇਹ ਸੰਗੀਤ ਦੀ ਕਲਾ ਤੋਂ ਅਕਬਰ ਇੰਨਾ ਖੁਸ਼ ਹੋਇਆ ਸੀਗਾ ਉਹਨੇ ਤੈਨ ਸਿੰਘ ਨੂੰ ਕਿਹਾ ਤਾਂ ਉਸ ਦਿਨ ਕਿ ਅਗਰ ਤੈਨੂੰ ਕਿਸੇ ਚੀਜ਼ ਦੀ ਲੋੜ ਹੈਗੀ ਆ ਤੇ ਤੂੰ ਦੱਸ ਮੈਂ ਤੇਰੀ ਮੰਗ ਹਰ ਹਾਲਤ ਦੇ ਵਿੱਚ ਪੂਰੀ ਕਰੂੰਗਾ। ਜਦ ਅਕਬਰ ਨੇ ਤੈਨ ਸਿੰਘ ਨੂੰ ਇਹ ਵਚਨ ਦਿੱਤਾ ਫਿਰ ਤੈਨ ਸਿੰਘ ਬਈਏ ਦੇ ਮਨ ਵਿੱਚ ਦੇਖੋ ਸੰਗੀਤ ਦਾ ਇੰਨਾ ਮਾਣ ਹੋ ਗਿਆ ਸੀ ਇੰਨਾ ਹੰਕਾਰ ਹੋ ਗਿਆ ਸੀਗਾ। ਕਿ ਐਨੇ ਅਕਬਰ ਨੂੰ ਉਹ ਗੱਲ ਕਹਿਤੀ ਜਿਸ ਗੱਲ ਨੇ ਤੈਨ ਸਿੰਘ ਨੂੰ ਸਦਾ ਵਸਤੇ ਕਲੰਕਿਤ ਕਰ ਦਿੱਤਾ ਸਗਾ ਸੋ ਤੈਨ ਸਿੰਘ ਨੇ ਅਕਬਰ ਨੂੰ ਉਸ ਟਾਈਮ ਉਹ ਕਿਹਾ ਸਗਾ ਕਿ ਤੂੰ ਸਾਰੇ ਹਨ ਆਪਣੇ ਰਾਜ ਦੇ ਵਿੱਚ ਜਿੰਨਾ ਵੀ ਸੰਗੀਤ ਹੈ ਜਿੰਨੇ ਵੀ ਗਾਣੇ ਗਾਉਣ ਵਾਲੇ ਆ ਸਾਰਿਆਂ ਦੇ ਉੱਤੇ ਪਾਬੰਦੀ ਲਾ ਦੇ ਯਾਦ ਅਕਬਰ ਨੇ ਤੇ ਬਾਕੀ ਦਰਬਾਰੀਆਂ ਨੇ ਤੈਨ ਸਿੰਘ ਦੇ ਮੂੰਹੋਂ ਇਹ ਗੱਲ ਸੁਣੀ ਸੀ ਅਕਬਰ ਖੁਦ ਹੈਰਾਨ ਹੋ ਗਿਆ ਸਗਾ ਵੀ ਤੈਨ ਸਿੰਘ ਭਈਆ ਐਡਾ ਵੱਡਾ ਗਵਈਆ ਪਰ ਉਹਦੀ ਸੋਚ ਇੰਨੀ ਘਟੀਆ ਕੇ ਰਾਜ ਦੇ ਵਿੱਚ ਜਿੰਨਾ ਵੀ ਸੰਗੀਤ ਹੈਗਾ ਉਸ ਦੇ ਉੱਤੇ ਮੈਂ ਪਾਬੰਦੀ ਲਾ ਦੇਵਾਂ ਪਰ ਹੁਣ ਇਹਦੀ ਗੱਲ ਦੇ ਉੱਤੇ ਅਕਬਰ ਜਿਹੜਾ ਸੀ ਬੁਰੀ ਤਰ੍ਹਾਂ ਫਸ ਗਿਆ ਉਹਨੇ ਮਨ 'ਚ ਸੋਚਿਆ ਕਿ ਅਗਰ ਮੈਂ ਇਹਦੀ ਗੱਲ ਨਾ ਕੀਤੀ ਇਹਦੀ ਗੱਲ ਨੂੰ ਨਾ ਮੰਨਿਆ ਤੇ ਫਿਰ ਭਾਈ ਮੈਂ ਜੋ ਇਸ ਦੇ ਨਾਲ ਵਚਨ ਕੀਤਾ ਕਿ ਤੂੰ ਜੋ ਮੰਗੂਗਾ ਤੈਨੂੰ ਮਿਲੂਗਾ ਤੇ ਫਿਰ ਮੈਂ ਆਪਣਾ ਵਾਅਦੇ ਤੋਂ ਮੁੱਕਰ ਜਾਣਾ ਹੈਗਾ ਇਸ ਕਰਕੇ ਅਕਬਰ ਨੇ ਕਹਿ ਦਿੱਤਾ ਚਲ ਠੀਕ ਆ ਜੋ ਤੇਰੀ ਮੰਗ ਹੈਗੀ ਆ ਕਿ ਅੱਜ ਤੋਂ ਬਾਅਦ ਮੇਰੇ ਰਾਜ ਦੇ ਵਿੱਚ ਕੋਈ ਵੀ ਆਦਮੀ ਸੰਗੀਤ ਨਹੀਂ ਗਾਊਗਾ ਕੋਈ ਗਾਣਾ ਨਹੀਂ ਗਾਊਗਾ ਕੋਈ ਸੰਗੀਤ ਦੀ ਕਰਿਆ ਨਹੀਂ ਕਰੂਗਾ ਫਿਰ ਤੈਨ ਸੰਗ ਨੇ ਇਹ ਕਿਹਾ ਸਗਾ ਕਿ ਅਗਰ ਕਿਸੇ ਨੇ ਸੰਗੀਤ ਗਾਉਣਾ ਹੈਗਾ ਉਸ ਨੂੰ ਮੇਰੇ ਤੋਂ ਆਗਿਆ ਲੈਣੀ ਪਊਗੀ ਅਗਰ ਮੈਂ ਕਿਸੇ ਨੂੰ ਆਗਿਆ ਦਊਂਗਾ ਤਾਂ ਉਹ ਆਪਣੀ ਸੰਗੀਤਕਾਰ ਹੈਗਾ ਆਪਣੇ ਸੰਗੀਤ ਦੀ ਪੇਸ਼ਕਸ਼ ਕਰ ਸਕਦਾ ਦਰਬਾਰ ਦੇ ਵਿੱਚ ਮੇਰੀ ਆਗਿਆ ਤੋਂ ਬਿਨਾ ਅਗਰ ਕਿਸੇ ਆਦਮੀ ਨੇ ਤੇਰੇ ਰਾਜ ਦੇ ਵਿੱਚ ਸੰਗੀਤ ਦਾ ਪ੍ਰਦਰਸ਼ਨ ਕੀਤਾ ਜਾਂ ਸੰਗੀਤ ਗਾਇਆ ਉਸ ਨੂੰ ਸੋਲੀ ਦੀ سزا ਮਿਲਣੀ ਚਾਹੀਦੀ ਆ। ਦੇਖੋ ਆਕਰਬਾਚ ਜਿਹੜਾ ਸਗਾ ਤੈਨ ਸੰਗ ਦੇ ਇਸ ਰਵਈਏ ਤੋਂ ਅੰਦਰੋਂ ਦੁਖੀ ਤਾਂ ਬਹੁਤ ਹੋਇਆ ਪਰ ਹੁਣ ਮੰਨਣ ਲਈ ਉਹ ਬਚਨਬੰਦ ਹੋਇਆ ਸੀਗਾ। ਇਸ ਕਰਕੇ ਉਹਨੇ ਆਪਣੇ ਪੂਰੇ ਰਾਜ ਦੇ ਵਿੱਚ ਇਹ ਢੰਡੋਰਾ ਫਰਾਤਾ ਕਿ ਅੱਜ ਤੋਂ ਬਾਅਦ ਮੇਰੇ ਰਾਜ ਦੇ ਵਿੱਚ ਕੋਈ ਵੀ ਆਦਮੀ ਸੰਗੀਤ ਨੂੰ ਪ੍ਰਦਰਸ਼ਨ ਨਹੀਂ ਕਰ ਸਕਦਾ, ਗੀਤ ਗਾ ਨਹੀਂ ਸਕਦਾ। ਪੂਰੇ ਸੰਗੀਤ ਦੇ ਉੱਤੇ ਪਾਬੰਦੀ ਲਾਤੀ ਆ। ਦੇਖੋ ਸਮਾ ਕੋਸ਼ਟਮ ਲੰਗਿਆ ਇੱਕ ਵਾਰ ਕੀ ਹੋਇਆ ਕਿ ਇੱਕ ਸਾਧੂਆਂ ਸੰਤਾਂ ਦੀ ਮੰਡਲੀ ਅਕਬਰ ਦੇ ਜਦ ਰਾਜ ਦੇ ਵਿੱਚ ਸੰਗੀਤ ਗਾਉਂਦੀ ਜਿਹੜੀ ਸੀ ਉਹ ਨਿਕਲ ਜਾ ਰਹੀ ਸੀਗੀ ਤੇ ਉਹਦੀ ਭਣਕ ਜਿਹੜੀ ਸੀ ਉਹ ਅਕਬਰ ਦੇ ਸਪਾਹੀਆਂ ਨੂੰ ਪੈ ਗਈ ਸਪਾਹੀਆਂ ਨੇ ਕੀ ਕੀਤਾ ਉਸ ਸੱਤ ਮੰਡਲੀ ਦੇ ਜਿੰਨੇ ਵੀ ਜਿਹੜੇ ਸਾਧੂ ਸੀਗੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਹੁਣ ਅਕਬਰ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਦੋਂ ਅਕਬਰ ਦੇ ਦਰਬਾਰ 'ਚ ਪੇਸ਼ ਕੀਤਾ ਤੇ ਉਸ ਸੰਤ ਮੰਡਲੀ ਦੇ ਜਿਹੜੇ ਪ੍ਰਮੁੱਖ ਮਹੰਤ ਸਾਧੂ ਸੀਗੇ ਉਹਨਾਂ ਦੇ ਹੱਥ ਦੇ ਵਿੱਚ ਉਸ ਟਾਈਮ ਇੱਕ ਰਵਾਵ ਸੀਗੀ ਇੱਕ ਸਤਾਰ ਵਾਦਨ ਸੀਗੀ ਜਿਸ ਦੇ ਨਾਲ ਉਹ ਸੰਗੀਤ ਦੀ ਕਲਾ ਜਿਹੜੀ ਸੀਗੀ ਉਹ ਗਾਉਂਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਫਿਰ ਅਕਬਰ ਨੇ ਉਹਨੂੰ ਪੁੱਛਿਆ ਕਿ ਤੈਨੂੰ ਪਤਾ ਹੈਗਾ ਕਿ ਮੇਰੇ ਰਾਜ ਦੇ ਵਿੱਚ ਕੋਈ ਵੀ ਆਦਮੀ ਤੈਨ ਸਿੰਘ ਦੇ ਆਗਿਆ ਤੋਂ ਬਿਨਾਂ ਸੰਗੀਤ ਦਾ ਪ੍ਰਦਰਸ਼ਨ ਨਹੀਂ ਕਰ ਸਕਦਾ ਪਰ ਤੂੰ ਆਪਣੀ ਮੰਡਲੀ ਦੇ ਨਾਲ ਸੰਗੀਤ ਗਾਉਂਦਾ ਗਾਉਂਦਾ ਹੈ ਪਿੰਡਾਂ ਦੇ ਰਸਤੇ ਵਿੱਚੋਂ ਜਾ ਰਿਹਾ ਹੈਗਾ ਜਦ ਇਹ ਗੱਲ ਹੋਈ ਤਾਂ ਉਹ ਸੰਤ ਨੇ ਜਿਹੜਾ ਸੀ ਅਕਬਰ ਨੂੰ ਇਹ ਆਖਿਆ ਕਿ ਮੈਂ ਤਾਂ ਹੈਰਾਨ ਆ ਕਿ ਇਸ ਰਾਜ ਦੇ ਵਿੱਚ ਸੰਗੀਤ ਉੱਤੇ ਪਾਬੰਦੀ ਹੈ ਇਹ ਰਾਜ ਕਿਹੋ ਜਿਹਾ ਹੈਗਾ ਕਿਉਂਕਿ ਮੈਂ ਤਾਂ ਸਿਰਫ ਉਸ ਅਕਾਲ ਪੁਰਖ ਦੀ ਉਸਤਤਕਾਰ ਰਿਹਾ ਹੈਗਾ ਹੋਰ ਤਾਂ ਮੈਂ ਕੋਈ دنیਵੀਂ ਗੀਤ ਨਹੀਂ ਗਾ ਰਿਹਾ ਹੈਗਾ ਇਸ ਕਰਕੇ ਰੱਬ ਦੇ ਨਾਮ ਦੇ ਉੱਤੇ ਗਾਉਣਾ ਵੀ ਉਹ ਕਾਨੂੰਨੀ ਜੁਰਮ ਹੈਗਾ ਔਰ ਅਕਬਰ ਨੇ ਕਿਹਾ ਕਿ ਜੋ ਕਾਨੂੰਨ ਹੈ ਤੈਨੂੰ ਹੁਕਮ ਦੀ ਉਹ ਪਾਲਣਾ ਕਰਨੀ ਹੀ ਪੈਣੀ ਆ ਫਿਰ ਜਦ ਇਸ ਗੱਲ ਦਾ ਜਿਹੜਾ ਪਤਾ ਸੀਗਾ ਉਹ ਤੈਨ ਸਿੰਘ ਨੂੰ ਦਿੱਤਾ ਸੀਗਾ ਫਿਰ ਤੈਨ ਸਿੰਘ ਨੇ ਕਿਹਾ ਕਿ ਇਹਨੇ ਮੇਰਾ ਬਚਨ ਹੈਗਾ ਜਿਹੜਾ ਮੇਰਾ ਹੁਕਮ ਹੈਗਾ ਕਿ ਮੇਰੀ ਅਗਿਆਤ ਤੋਂ ਬਿਨਾਂ ਕੋਈ ਤੇਰੇ ਰਾਜ ਦੇ ਵਿੱਚ ਸੰਗੀਤ ਨੂੰ ਨਹੀਂ ਗਾ ਸਕਦਾ ਇਸ ਨੇ ਲੰਘਣਾ ਕੀਤੀ ਆ ਇਸ ਕਰਕੇ ਨੂੰ ਸੂਲੀ ਦੀ ਸਜ਼ਾ ਦਿੱਤੀ ਜਾਵੇ ਦੇਖੋ ਉਸ ਸੰਤ ਮੰਡਲੀ ਦੇ ਜਿਹੜੇ ਪ੍ਰਮੁੱਖ ਸੰਤ ਮਹੰਤ ਸਗੇ ਅਕਬਰ ਨੇ ਉਹਨੂੰ ਉੱਥੇ ਸੂਲੀ ਦੀ ਸਜ਼ਾ ਦਿੱਤੀ ਸੀ ਜੇ ਸੂਲੀ ਦੀ ਸਜ਼ਾ ਦਿੱਤੀ ਤੇ ਉਸੇ ਹੀ ਮਹੰਤ ਦਾ ਇੱਕ ਲੜਕਾ ਛੋਟਾ ਸੀ ਜਿਹਦਾ ਨਾਮ ਸੀ ਵਿਜੂ ਇਹ ਜਿਹੜਾ ਵਿਜੂ ਲੜਕਾ ਸੀਗਾ ਇਹ ਨੂੰ ਜਦ ਆਪਣੇ ਪਿਤਾ ਦੀ ਇਸ ਤਰ੍ਹਾਂ ਦੀ ਹਰਕਤ ਦਾ ਪਤਾ ਲੱਗਾ ਕਿ ਕਿਵੇਂ ਮੇਰੇ ਬੇਗਨਾ ਪਿਤਾ ਨੂੰ ਅਕਬਰ ਨੇ ਸੂਲੀ ਦੇ ਉੱਤੇ ਲਮਕਾਤਾ ਹੈਗਾ ਉਹਨੂੰ ਸਜ਼ਾ ਦੇ ਦਿੱਤੀ ਉਹਨੂੰ ਮੌਤ ਦੇ ਘਾਟ ਉਤਾਰਤਾ ਇਹਦੇ ਮਨ ਦੇ ਵਿੱਚ ਬੜਾ ਦੁੱਖ ਹੋਇਆ ਜਦ ਵਿਜੂ ਦੇ ਮਨ ਦੇ ਵਿੱਚ ਬੜਾ ਦੁੱਖ ਹੋਇਆ ਤੇ ਇੰਨੇ ਮਨ ਦੇ ਵਿੱਚ ਇਹ ਨਿਸ਼ਚੈ ਕੀਤਾ ਕਿ ਮੈਂ ਵੱਡਾ ਹੋ ਕੇ ਤੈਨ ਸੰਗ ਤੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲਵਾਂਗਾ ਸੋ ਇਹ ਜਿਹੜਾ ਲੜਕਾ ਸੀਗਾ ਇਸੇ ਸੋਚ ਦੇ ਵਿੱਚ ਜੰਗਲ-ਜੰਗਲ ਘੁੰਮਦਾ ਰਿਹਾ ਅਚਨ ਚੇਤ ਕਾਰਨ ਐਸਾ ਬਣਿਆ ਕਿ ਤੈਨ ਸਿੰਘ ਗਬਈਏ ਦੇ ਜਿਹੜੇ ਗੁਰੂ ਹਰੀਦਾਸ ਸੀਗੇ ਉਸ ਦੇ ਨਾਲ ਇਸ ਲੜਕੇ ਬੀਜੂ ਦਾ ਮੁਲਾਪ ਹੋਇਆ ਜਦ ਮੁਲਾਪ ਹੋਇਆ ਤੇ ਬੀਜੂ ਨੇ ਫਿਰ ਹਰੀਦਾਸ ਗੁਰੂ ਨੂੰ ਆਪਣੇ ਪਿਤਾ ਦੀ ਸਾਰੀ ਘਟਨਾ ਦੱਸੀ ਕਿ ਕਿਵੇਂ ਤੈਨ ਸਿੰਘ ਦੇ ਕਹਿ ਦੇ ਉੱਤੇ ਅਕਬਰ ਨੇ ਮੇਰੇ ਪਿਤਾ ਨੂੰ ਸੂਲੀ ਦੀ ਸਜ਼ਾ ਦੇ ਦਿੱਤੀ ਜਦ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹ ਤਾਂ ਪਰਮੇਸ਼ਰ ਦਾ ਕੀਰਤ ਗਾ ਰਹੇ ਸੀਗੇ ਉਹਦੀ ਉਸਤਤਿ ਗਾ ਰਹੇ ਸੀ ਪਰ ਉਸ ਦੀ ਉਸਤਤੀ ਕਰਨ ਦੇ ਕਾਰਨ ਕਾਰਨ ਵੀ ਅਕਬਰ ਨੇ ਉਹਨਾਂ ਨੂੰ ਸੂਲੀ ਦੀ ਸਜ਼ਾ ਦਿੱਤੀ ਕਿਉਂ ਤੈਨ ਸਿੰਘ ਨੇ ਇਹ ਗੱਲ ਕਹੀ ਸੀ ਕਿ ਉਹਦੀ ਆਗਿਆ ਤੋਂ ਬਿਨਾਂ ਰਾਜ ਦੇ ਵਿੱਚ ਕੋਈ ਗਾ ਨਹੀਂ ਸਕਦਾ ਅਕਬਰ ਦੇ ਰਾਜ ਦੇ ਵਿੱਚ ਤੈਨ ਸਿੰਘ ਨੇ ਸੰਗੀਤ ਤੇ ਪਾਬੰਦੀ ਲਾਈ ਜਦ ਹਰੀਦਾਸ ਗੁਰੂ ਨੂੰ ਬਿਜੂ ਨੇ ਸਾਰੀ ਗੱਲ ਦੱਸੀ ਤਾਂ ਫਿਰ ਕਿਉਂਕਿ ਹਰੀਦਾਸ ਜਿਹੜੇ ਸੀਗੇ ਤੈਨ ਸਿੰਘ ਦੇ ਗੁਰੂ ਸੀਗੇ ਇਹਨਾਂ ਨੂੰ ਉਸ ਟਾਈਮ ਬਹੁਤ ਜ਼ਿਆਦਾ ਦੁੱਖ ਹੋਇਆ ਸੀ ਇਸ ਗੱਲ ਦਾ ਤੇ ਹਰੀਦਾਸ ਗੁਰੂ ਜਿਹੜੇ ਸੀਗੇ ਉਹ ਇਸ ਦੁੱਖ ਦੇ ਵਿੱਚ ਸੋਚਣ ਲੱਗ ਪਏ ਕਿ ਦੇਖੋ ਮੈਂ ਤਨਸੰਗ ਨੂੰ ਸਿੱਖਿਆ ਦਿੱਤੀ ਆ ਉਹਨੂੰ ਐਡਾ ਵੱਡਾ ਸੰਗੀਤਕਾਰ ਬਣਾਇਆ ਗਵਈਆ ਬਣਾਇਆ ਪਰ ਉਹਦੇ ਮਨ ਦੇ ਵਿੱਚ ਸੰਗੀਤ ਦੇ ਪ੍ਰਤੀ ਐਡਾ ਭਾਰ ਅਹੰਕਾਰ ਆ ਗਿਆ ਕਿ ਉਹਨੇ ਇਹ ਅਕਬਰ ਨੂੰ ਕਹਿਤਾ ਕਿ ਮੇਰੇ ਤੋਂ ਬਗੈਰ ਕੋਈ ਜਿਹੜਾ ਆਦਮੀ ਆ ਉਹ ਅਕਬਰ ਦੇ ਰਾਜ ਦੇ ਵਿੱਚ ਸੰਗੀਤ ਨਹੀਂ ਗਾ ਸਕਦਾ ਸੋ ਹਰੀਦਾਸ ਨੇ ਮਨ ਦੇ ਵਿੱਚ ਸੋਚਿਆ ਕਿ ਮੈਂ ਤਾਂ ਇਹ ਸੋਚਿਆ ਸੀਗਾ ਕਿ ਤਨਸੰਗ ਜਿਹੜਾ ਹੈਗਾ ਜਦੋਂ ਉਹ ਸੰਗੀਤ ਦਾ ਪ੍ਰਦਰਸ਼ਨ ਰਾਜਿਆਂ ਦੇ ਦਰਬਾਰ 'ਚੇ ਕਰੂਗਾ ਉਹ ਸਮ ਸੰਗੀਤ ਦੇ ਵਿਦਿਆਲੇ ਖਲੂਗਾ ਵਰਦੇ ਜਿੰਨੇ ਵੀ ਵਿਦਿਆਰਥੀ ਆ ਉਹਨਾਂ ਨੂੰ ਇਹ ਕਲਾ ਸਿਖਾ ਲੂਗਾ ਸੰਗੀਤ ਦੀ ਪਰ ਉਹਨੇ ਉਲਟੇ ਸੰਗੀਤ ਤੇ ਪਾਬੰਦੀ ਲਾਤੀ ਫਿਰ ਹਰੀਦਾਸ ਦੇ ਮਨ ਦੇ ਆਇਆ ਬਈ ਸਾਨੂੰ ਤੈਨ ਸਿੰਘ ਦਾ ਜਿਹੜਾ ਹੰਕਾਰ ਵਾ ਉਹ ਤਾਂ ਹੁਣ ਤੋੜਨਾ ਹੀ ਪਵੇਗਾ ਇਹ ਸੋਚ ਕੇ ਫਿਰ ਹਰੀਦਾਸ ਨੇ ਬੀਜੂ ਨੂੰ ਜਿਹੜੀ ਸੀ ਉਹ ਆਪਣਾ ਚੇਲਾ ਬਣਾ ਲਿਆ ਉਹਨੂੰ ਜਿਹੜੀ ਸੀ ਸੰਗੀਤ ਦੀ ਦੇਖਿਆ ਦੇਣੀ ਸ਼ੁਰੂ ਕਰਤੀ ਯਾਦ ਹਰੀਦਾਸ ਗੁਰੂ ਨੇ ਬਿੱਜੂ ਨੂੰ ਸੰਗੀਤ ਦੀ ਦੇਖਿਆ ਦੇਣੀ ਸ਼ੁਰੂ ਕੀਤੀ ਦਿਨ ਰਾਤ ਸੁਖਾਉਣਾ ਸ਼ੁਰੂ ਕੀਤਾ ਪਰ ਕਰਦਾ ਕਰਦਾ ਜਿਹੜਾ ਬਿੱਜੂ ਸੀ ਹੌਲੀ ਹੌਲੀ ਸੰਗੀਤ ਦੇ ਵਿੱਚ ਨਪੁੰਨ ਹੋ ਗਿਆ ਸਾਰੀਆਂ ਕਲਾਮਾਂ ਸਿੱਖੀਆਂ ਹਰੀਦਾਸ ਗੁਰੂ ਜੀ ਤੋਂ ਬਿੱਜੂ ਜੀ ਨੇ ਪਰ ਫਿਰ ਵੀ ਉਹ ਜਿਹੜੀ ਕਲਾ ਤੈਨ ਸਿੰਘ ਦੇ ਅੰਦਰ ਸੀਗੀ ਉਹ ਬਿੱਜੂ ਦੇ ਅੰਦਰ ਜਿਹੜੀ ਸੀਗੀ ਉਹ ਅਜੇ ਤੱਕ ਨਹੀਂ ਸੀ ਆਈ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਹਰੀਦਾਸ ਗੁਰੂ ਇਹ ਸੋਚਦੇ ਸੀਗੇ ਕਿ ਇੰਨੀ ਉਮਰ ਦੇ ਵਿੱਚ ਤਾਂ ਬਿੱਜੂ ਨੂੰ ਪੂਰਾ ਸੰਗੀਤ ਦੇ ਵਿੱਚ ਨਪੁੰਨ ਹੋ ਜਾਣਾ ਚਾਹੀਦਾ ਹੈ ਪਰ ਅਜੇ ਵੀ ਇਹਦੇ ਅੰਦਰ ਬਹੁਤ ਘਾਟ ਹੈ ਇੰਨਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਹ ਸੰਗੀਤ ਦੇ ਅੰਦਰ ਪੂਰਾ ਕਿਉਂ ਨਹੀਂ ਉਤਰ ਰਿਹਾ ਹੈਗਾ ਇੱਕ ਦਿਨ ਦੱਸਦੇ ਕਿ ਹਰੀਦਾਸ ਗੁਰੂ ਜਿਹੜੇ ਸੀਗੇ ਇਸੇ ਤਰ੍ਹਾਂ ਵਿਜੂ ਦੇ ਬਾਰੇ ਰਾਤ ਨੂੰ ਸੋਚ ਰਿਹਾ ਸੀ ਪਰ ਮਨ ਦੇ ਅੰਦਰ ਉਸ ਪਰਮੇਸ਼ਰ ਤੋਂ ਇਹ ਪ੍ਰੇਰਣਾ ਆਈ ਆ ਕਿ ਇਹਦਾ ਇੱਕੋ ਇੱਕ ਕਾਰਨ ਹੈ ਕਿ ਵਿਜੂ ਦੇ ਅੰਦਰ ਤੈਨ ਸੰਗ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਹੈ ਬੈਰ ਭਾਵਨਾ ਹੈਗੀ ਆ ਇਸ ਬੈਰ ਭਾਵਨਾ ਕਰਕੇ ਸੰਗੀਤ ਇਹਦੇ ਅੰਤਰ ਕਰਨ ਹਿਰਦੇ ਦੇ ਵਿੱਚ ਨਹੀਂ ਠਹਿਰਦਾ ਜਦ ਇਹ ਜਿਹੜੀ ਸੀ ਆਕਾਸ਼ ਬਾਣੀ ਦੀ ਜੋ ਪ੍ਰੇਰਣਾ ਸੀ ਕੇ ਅੰਦਰ ਆਈ ਤੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਬੇ ਜਬ ਤਾਰੇ ਕੋਈ ਬਹਿਰੀ ਮੀਤ ਤਬ ਲਗ ਨੈਚਰਲ ਨਹੀਂ ਜੀ ਕਿ ਜਦ ਤੱਕ ਦੁਸ਼ਮਣ ਦਾ ਜਾਂ ਮਿੱਤਰਤਾ ਦਾ ਭਾਵ ਅੰਦਰ ਬਣਿਆ ਰਹਿਦਾ ਹੈਗਾ ਤਦ ਤੱਕ ਮਨ ਦਾ ਟਿਕਾ ਨਹੀਂ ਹੁੰਦਾ ਤੇ ਟਿਕੇ ਮਨ ਦੇ ਅੰਦਰ ਸੰਗੀਤ ਨਹੀਂ ਉਤਰਦਾ ਮਨ ਠਹਿਰੂਗਾ ਤੇ ਸੰਗੀਤ ਉਤਰੂਗਾ ਤਾਂ ਫਿਰ ਉਹ ਸੰਗੀਤ ਦੀਆਂ ਗਰਾਈਆਂ ਨੂੰ ਉਹ ਪਕੜੂਗਾ ਇੱਕ ਗੱਲ ਜਿਹੜੀ ਸੀ ਹਰੀਦਾਸ ਗੁਰੂ ਦੇ ਮਨ ਦੇ ਵਿੱਚ ਆਈ ਫਿਰ ਉਹਨੇ ਇਸ ਬੀਜੂ ਨੂੰ ਆਪਣੇ ਪਾਸ ਬੁਲਾਇਆ ਬੁਲਾ ਕੇ ਫਿਰ ਬੀਜੂ ਨੂੰ ਇਹ ਗੱਲ ਦੱਸੀ ਕਿ ਤੂੰ ਦੱਸ ਅਗਰ ਤੂੰ ਸੰਗੀਤ ਦੇ ਵਿੱਚ ਨਪੁੰਨ ਹੋਊਗਾ ਤੇ ਤੂੰ ਕੀ ਕਰੂਗਾ ਫਿਰ ਬੀਜੂ ਨੂੰ ਆਖਿਆ ਕਿ ਮੈਂ ਸਭ ਤੋਂ ਪਹਿਲਾਂ ਤੈਨ ਸੰਗ ਨੂੰ ਇਸ ਮੁਕਾਬਲੇ ਦੇ ਵਿੱਚ ਹਰਾਉਂਗਾ ਕਿ ਉਹਨੂੰ ਸੰਗੀਤ ਦਾ ਬਹੁਤ ਮਾਣ ਉਹਦਾ ਮੈਂ ਮਾਣ ਤੋੜੂਗਾ ਫਿਰ ਹਰੀਦਾਸ ਗੁਰੂ ਵੀ ਕਹਿਣ ਲੱਗੇ ਕਿ ਮੈਂ ਤਾਂ ਇਹ ਵੀ ਚਾਹੁੰਦਾ ਹੈਗਾ ਕਿ ਤੈਨ ਸੰਗ ਦਾ ਜਿਹੜਾ ਮਾਣ ਹੰਕਾਰ ਆ ਉਹ ਤੋੜਿਆ ਜਾਵੇ ਪਰ ਉਹਦੇ ਤੋੜਣ ਦੇ ਵਾਸਤੇ ਇਹ ਸਿੱਧਾ ਜੋ ਬੋਲ ਹੈਗਾ ਨਫਰਤ ਦਾ ਬੀਜ ਦਾ ਇਹ ਜਿਹੜਾ ਹੈਗਾ ਤੇਰੇ ਕੰਮ ਦੇ ਬਚਰਕਾ ਉਠ ਹੈ ਅਸਲ ਤੇ ਵਿੱਚ ਕੀ ਆ ਕਿ ਸੱਪ ਵੀ ਮਰੇ ਤੇ ਡਾਂਗ বিনা ਟੁੱਟੇ ਭਾਵ ਕੀ ਆ ਕਿ ਤੈਨ ਸੰਗ ਦਾ ਮਾਣ ਵੀ ਟੁੱਟ ਜਵੇ ਤੇ ਉਹਨੂੰ ਆਪਣੀ ਗਲਤੀ ਦਾ ਸਾਸ ਵੀ ਹੋ ਜਵੇ ਇਹ ਤਾਂ ਹੀ ਹੋ ਸਕਦਾ ਹੈ ਜੇ ਤੂੰ ਆਪਣੇ ਮਨ ਦੇ ਵਿੱਚੋਂ ਇਹ ਜਿਹੜੀ ਬਦਲੇ ਦੀ ਭਾਵਨਾ ਤੈਨ ਸੰਗ ਦੇ ਪ੍ਰਤੀ ਰੱਖਣਾ ਹੈ ਉਸ ਨੂੰ ਅੰਦਰੋਂ ਬਾਹਰ ਕੱਢ ਦੇ ਜਦ ਇਹ ਗੱਲ ਹਰੀਦਾਸ ਗੁਰੂ ਜੀ ਨੇ ਉਸ ਬੀਜ ਨੂੰ ਸਮਝਾਈ ਸੀ ਤਾਂ ਫਿਰ ਉਹਨੇ ਕਿਹਾ ਸਕਾ ਫੇ ਤੇਰੇ ਅੰਦਰ ਸੰਗੀਤ ਠਹਿਰ ਸਕਦਾ ਟਿਕ ਸਕਦਾ ਤੇਰੇ ਅੰਦਰ ਸੰਗੀਤ ਦੀਆਂ ਧੁਨੀਆਂ ਆਪਣੇ ਆਪ ਜਿਹੜੀਆਂ ਹੈ ਸਮਝ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਹੋ ਕੇ ਤੇਰੇ ਸਾਹਮਣੇ ਆ ਜਾਣਗੀਆਂ ਜਦ ਇਹ ਸਾਰੀ ਗੱਲ ਹਰੀਦਾਸ ਗੁਰੂ ਜੀ ਨੇ ਉਸ ਬੀਜ ਨੂੰ ਸਮਝਾਈ ਸੀ ਫਿਰ ਇਹ ਗੱਲ ਬੀਜੂ ਦੀ ਪਕੜ ਦੇ ਵਿੱਚ ਆ ਗਈ ਸੀ ਫਿਰ ਉਸਨੇ ਆਪਣੇ ਗੁਰੂ ਹਰੀਦਾਸ ਜੀ ਦੇ ਅੱਗੇ ਜਿਹੜੀ ਸੀ ਇਹ ਪਰ ਤੇ ਗਿਆ ਕਹਿਤੀ ਸੀ ਕਿ ਮੈਂ ਅੱਜ ਤੋਂ ਬਾਅਦ ਤੈਨ ਸੰਗ ਦੇ ਪ੍ਰਤੀ ਇੱਕ ਰਤੀਬੀ ਨਫਰਦੀ ਭਾਵਨਾ ਦੇ ਨਾਲ ਕਦੀ ਨਹੀਂ ਸੋਚਾਂਗਾ ਮੈਂ ਹਮੇਸ਼ਾ ਮਿੱਤਰਤਾ ਦੀ ਭਾਵਨਾ ਨਾਲ ਸੋਚਾਂਗਾ ਮੈਂ ਇਹ ਨਹੀਂ ਸੋਚਾਂਗਾ ਕਿ ਮੈਂ ਸੰਗੀਤ ਦੇ ਵਿੱਚ ਤੈਨ ਸੰਗ ਨੂੰ ਹਰਾਉਣਾ ਹੈਗਾ ਬਸ ਮੇਰੇ ਮਨ ਦੇ ਵਿੱਚ ਇਹੋ ਹੀ ਆ ਕਿ ਮੈਨੂੰ ਉਹ ਅਕਾਲ ਪੁਰਖ ਸੰਗੀਤ ਦੀ ਐਸੀ ਕਲਾ ਦਵੇ ਕਿ ਜਿਹਦੇ ਨਾਲ ਜਿਹੜਾ ਤੈਨ ਸੰਗ ਦੇ ਅੰਦਰ ਹੋਮੇ ਦਾ ਗੁਵਾਰ ਉਭਰ ਆਇਆ ਹੈਗਾ ਉਹ ਨਸ਼ਟ ਹੋ ਜਾਵੇ ਯਾਨੀ ਇਹ ਜਿਹੜੀ ਗੱਲ ਸੀਗੀ ਇਹ ਫਿਰ ਵਿਜੂ ਨੇ ਗੁਰੂ ਦੇ ਸਾਹਮਣੇ ਪ੍ਰਤੀਗਿਆ ਰੂਪ ਦੇ ਵਿੱਚ ਕੀਤੀ ਸੀ ਬਸ ਫਿਰ ਕੀ ਸੀਗਾ ਮਨ ਉਪਧਰਾ ਹੋ ਗਿਆ ਮਨ ਸਾਫ਼ ਹੋ ਗਿਆ ਜਿਸ ਦਿਨ ਫਿਰ ਉਸੇ ਹੀ ਰਾਤ ਜਦ ਹਰੀदास ਗੁਰੂ ਨੇ ਵਿਜੂ ਨੂੰ ਸੰਗੀਤ ਦੀ ਕਲਾ ਦਿੱਤੀ ਬਸ ਫਿਰ ਕੀ ਸੀ ਵਿਜੂ ਦੇ ਮਨ ਦੀਆਂ ਗਹਿਰਾਈਆਂ ਦੇ ਵਿੱਚ ਉਹ ਐਸਾ ਸੰਗੀਤ ਝਰਨੇ ਦੀ ਤਰ੍ਹਾਂ ਫੁੱਟਿਆ ਸੀਗਾ ਕਿ ਜਿਸ ਦੀ ਜਿਹੜੀ ਧੁਨੀ ਨੂੰ ਸੁਣ ਕੇ ਫੇ ਹਰੀਦਾਸ ਜਿਹਦੇ ਜਿਹਨੇ ਮੁਖ ਤੋਂ ਵਾ ਵਾ ਬਾਵਾ ਨਿਕਲੀ ਸੀਗੀ ਫਿਰ ਉਹਨੇ ਗਿਆ ਸਗਾ ਕਿ ਹੁਣ ਤੂੰ ਬਿਲਕੁਲ ਜੋਗ ਹੈਗਾ ਹੁਣ ਤੂੰ ਜਾ ਕੇ ਤੈਨ ਸੰਗ ਬਈ ਦੇ ਨਾਲ ਜਿਹੜੀ ਹੈ ਉਹ ਆਪਣੀ ਗੱਲ ਦਾ ਪ੍ਰਗਟਾਵਾ ਕਰ ਸਕਦਾ ਹੈਗਾ ਫੇ ਦੇਖੋ ਜਿਹੜਾ ਵਿਜੂ ਸਗਾ ਇਹ ਅਕਬਰ ਦੇ ਦਰਬਾਰ ਚ ਗਿਆ ਇਹਨੇ ਅਕਬਰ ਨੂੰ ਕਿਹਾ ਕਿ ਮੇਰੇ ਪਾਸ ਸੰਗੀਤ ਦੀ ਕਲਾ ਹੈਗੀ ਆ ਮੈਂ ਸੰਗੀਤ ਆਪ ਜੀ ਨੂੰ ਸਰੋਣਾ ਚਾਹੁੰਦਾ ਹੈ ਪਰ ਮੈਨੂੰ ਇਹਦੇ ਵਾਸਤੇ ਤੈਨ ਸਿੰਘ ਬਈਏ ਦੀ ਇਜਾਜ਼ਤ ਲੈਣੀ ਪਊਗੀ ਇਸ ਕਰਕੇ ਤੁਸੀਂ ਮੈਨੂੰ ਤੈਨ ਸਿੰਘ ਬਈਏ ਦੀ ਇਜਾਜ਼ਤ ਲੈ ਲਿਓ ਤਾਂ ਜੋ ਮੈਂ ਜਿਹੜਾ ਸੰਗੀਤ ਹੈ ਉਹ ਆਪਦੇ ਸਾਹਮਣੇ ਜਿਹੜਾ ਹੈਗਾ ਉਹ ਗਾ ਸਕਾਂ ਜਦ ਇਹ ਗੱਲ ਹੋਈ ਸੀ ਫਿਰ ਅਕਬਰ ਨੇ ਤੈਨ ਸਿੰਘ ਬਈਏ ਨੂੰ ਆਪਣੇ ਦਰਬਾਰ 'ਚ ਬੁਲਾਇਆ ਉਸ ਨੂੰ ਦੱਸਿਆ ਕਿ ਇੱਕ ਛੋਟੀ ਉਮਰ ਦਾ ਬਾਲਕ ਜਿਹਦਾ ਨਾਮ ਵਿੱਜੂ ਹੈਗਾ ਉਹ ਆਇਆ ਹੈਗਾ ਉਹ ਇਹ ਕਹਿੰਦਾ ਹੈਗਾ ਕਿ ਮੇਰੇ ਪਾਸ ਸੰਗੀਤ ਦੀ ਐਸੀ ਕਲਾ ਹੈਗੀ ਆ ਕਿ ਜਿਸ ਨੂੰ ਸੁਣ ਕੇ ਆਪ ਮੰਤਰ ਮੁਕਤ ਹੋ ਜਾਓਗੇ ਤੇ ਇਹ ਮੈਂ ਆਪ ਨੂੰ ਸੁਣਾਉਣੀ ਚਾਹੁੰਦਾ ਹੈਗਾ ਅਗਰ ਤੁਸੀਂ ਮੈਨੂੰ ਇਹਦੇ ਵਾਸਤੇ ਇਜਾਜ਼ਤ ਦੇ ਦਿਓ ਜਦ ਇਹ ਗੱਲ ਹੋਈ ਸੀ ਫਿਰ ਤੈਨ ਸਿੰਘ ਜੀ ਨੇ ਜਦ ਬੀਜੂ ਨੂੰ ਦੇਖਿਆ ਸੀਗਾ ਦਰਬਾਰ ਦੇ ਵਿੱਚ ਫਿਰ ਤੈਨ ਸਿੰਘ ਨੇ ਆਕ ਨੂੰ ਆਖਿਆ ਸੀਗਾ ਹਾਂ ਮੈਂ ਨੂੰ ਇੱਕ ਸ਼ਰਤੇ ਇਹ ਗਉਣ ਦੀ ਇਜਾਜ਼ਤ ਦਵਾਂਗਾ ਅਗਰ ਮੈਨੂੰ ਭਰੇ ਦਰਬਾਰ ਦੇ ਵਿੱਚ ਹਰਾ ਦੇਵੇ ਅਗਰ ਉਹ ਮੈਨੂੰ ਹਰਾਉਣ ਤੇ ਕਾਮਯਾਬ ਹੋ ਗਿਆ ਤੇ ਫਿਰ ਭਾਈ ਮੈਂ ਜਿਹੜਾ ਹੈਗਾ ਇਸ ਨੂੰ ਸੰਗੀਤ ਗਾਉਣ ਵਾਸਤੇ ਇਜਾਜ਼ਤ ਦੇ ਸਕਦਾ ਹੈਗਾ ਜਦ ਇੰਨੀ ਗੱਲ ਹੋਈ ਸੀ ਫਿਰ ਇੱਕ ਪਾਸੇ ਤੈਨ ਸਿੰਘ ਜਿਹੜਾ ਸੀ ਆਪਣਾ ਸਾਜ਼ ਲੈ ਕੇ ਬੈਠਾ ਦੂਸਰੇ ਬੰਦੇ ਜਿਹੜਾ ਵਿਜੂ ਸੀਗਾ ਉਹ ਆਪਣਾ ਸਾਜ਼ ਲੈ ਕੇ ਬੈਠਾ ਜਦ ਦੋਨਾਂ ਦੇ ਵਿੱਚ ਸੰਗੀਤ ਦਾ ਮੁਕਾਬਲਾ ਹੋਇਆ ਸੀਗਾ ਪਰ ਜਿਹੜਾ ਸੰਗੀਤ ਵਿਜੂ ਨੇ ਗਾਇਆ ਸੀਗਾ ਉਸ ਨੂੰ ਦੇਖ ਕੇ ਤੈਨ ਸਿੰਘ ਦੀਆਂ ਵੀ ਅੱਖਾਂ ਖੁੱਲ ਗਈਆਂ ਸੀ ਉਹ ਵੀ ਹੱਕਾ ਵਕਾ ਹੋ ਗਿਆ ਸੀਗਾ ਤੇ ਉਸ ਮੁਕਾਬਲੇ ਦੇ ਵਿੱਚ ਫਿਰ ਤੈਹ ਸੰਗ ਜਿਹੜੀ ਸੀਗੀ ਉਹ ਆਪਣੀ ਜਿਹੜੀ ਸੀ ਭੁੱਲ ਉਸ ਵਿਜੂ ਤੋਂ ਮੰਗ ਲਈ ਸੀ ਕਿਉਂਕਿ ਉਹਦੇ ਸਾਹਮਣੇ ਤੈਹ ਸੰਗ ਟਿਕ ਨਹੀਂ ਸੀ ਸਕਿਆ ਜੇ ਟਿਕ ਨਹੀਂ ਸਕਿਆ ਫਿਰ ਵਿਜੂ ਦੀ ਜਿਹੜੀ ਸੀ ਉਸ ਅਕਬਰ ਨੇ ਉਹਨਾਂ ਟੈਮਾ ਚ ਇਨੀ ਸ਼ਲਾੰਗਾ ਕੀਤੀ ਨਹੀਂ ਜਾਇਜਾਕਾਰ ਕੀਤੀ ਸੀ ਤੇ ਇਥੋਂ ਤੱਕ ਫਿਰ ਵਿਜੂ ਨੇ ਆਖਿਆ ਆਖਿਆ ਸੀਗਾ ਕਿ ਤੂੰ ਮੇਰੇ ਰਾਜ ਦਾ ਸਭ ਤੋਂ શ્રેષ્ઠ ਸੰਗੀਤਕਾਰ ਹੈ ਲੇਕਿਨ ਅਗਰ ਤੂੰ ਅੱਜ ਮੈਨੂੰ ਕਹੇ ਤਾਂ ਮੈਂ ਤੈਨ ਸੈਨ ਨੂੰ ਸੂੜੀ ਦੀ ਸਜ਼ਾ ਦੇ ਸਕਦਾ ਜਦ ਇਹ ਨਹੀਂ ਗੱਲ ਹੋਈ ਸੀ ਤਾਂ ਫਿਰ ਵੀ ਜੁ ਨੂੰ ਆਖਿਆ ਸਗਾ ਕਿ ਮੈਂ ਕਿਸੇ ਨੂੰ ਸੂੜੀ ਦੀ ਸਜ਼ਾ ਦੇਣ ਦੇ ਵਿੱਚ ਹੱਕਦਾਰ ਨਹੀਂ ਹਾਂ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਇਹ ਦੇਸ਼ ਦਿੱਤਾ ਹੈਗਾ ਕਿ ਕਿਸੇ ਦੇ ਨਾਲ ਵੀ ਵੈਰ ਨਫ਼ਰਤ ਦੀ ਭਾਵਨਾ ਦੇ ਨਾਲ ਨਹੀਂ ਟਕਣਾ ਜਿਸ ਦੇ ਅੰਦਰ ਜੈਸੀ ਜੇ ਹੀ ਜੀ ਵੀ ਕੋਈ ਕਲਾ ਉਸ ਪਰਮੇਸ਼ਰ ਨੇ ਦਿੱਤੀ ਹੈ ਉਸ ਦੀ ਕਲਾ ਨੂੰ ਸਤਕਾਰ ਦੇ ਰੂਪ ਦੇ ਵਿੱਚ ਸਵੀਕਾਰ ਕਰਨਾ ਚਾਹੀਦਾ ਹੈਗਾ ਜਦ ਇਹ ਜਿਹੜੀ ਬਹੁਤ ਸ਼ੈਨ ਸ਼ੇਲਤਾ ਤੇ ਨਿਮਰਤਾ ਨਿਮਰਤਾ ਦੀ ਭਾਵਨਾ ਨਾਲ ਬੀਜੂ ਨੇ ਅਕਬਰ ਨੂੰ ਇਹ ਗੱਲ ਆਖੀ ਸੀ ਤਾਂ ਫਿਰ ਤੈਨ ਸਿੰਘ ਦੀਆਂ ਜਿਹੜੀਆਂ ਅੱਖਾਂ ਖੁੱਲ ਗਈਆਂ ਸੀ ਫਿਰ ਤੈਨ ਸਿੰਘ ਨੇ ਜਿਹੜਾ ਸੀਗਾ ਉਸ ਬੀਜੂ ਨੂੰ ਇਹ ਬੇਨਤੀ ਕੀਤੀ ਸੀ ਕਿ ਮੈਨੂੰ ਦੱਸ ਤੇਰਾ ਗੁਰੂ ਕੌਣ ਹੈ ਜਦ ਇਹ ਨਹੀਂ ਗੱਲ ਹੋਈ ਸੀ ਫਿਰ ਬੀਜੂ ਨੇ ਹੱਥ ਜੋੜ ਕੇ ਤੈਨ ਸਿੰਘ ਨੂੰ ਆਖਿਆ ਸੀਗਾ ਕਿ ਮੇਰਾ ਗੁਰੂ ਉਹੀ ਆ ਜਿਹੜਾ ਗੁਰੂ ਤੇਰਾ ਹੈ ਪਾਬ ਖਰੀਦਾਸ ਜਿਹੜੇ ਗੁਰੂ ਸੀਗੇ ਉਹੀ ਤੈਨ ਸਿੰਘ ਦੇ ਗੁਰੂ ਸੀ ਉਹੀ ਵਿਜੂ ਦੇ ਗੁਰੂ ਸੀ ਤੇ ਖਰੀਦਾਸ ਜੀ ਨੇ ਹੀ ਤੈਨ ਸਿੰਘ ਦਾ ਮਾਨ ਤੋੜਨ ਵਾਸਤੇ ਵਿਜੂ ਨੂੰ ਸੰਗੀਤ ਦੀ ਸਾਰੀ ਵਿਦਿਆ ਦਿੱਤੀ ਸੀ ਫਿਰ ਤੈਨ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਸੀਗੀਆਂ ਉਸ ਤੋਂ ਬਾਅਦ ਫਿਰ ਤੈਨ ਸਿੰਘ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਜਿਹੜੀ ਕਲਾ ਹੈਗੀ ਆ ਇਹ ਕੁਦਰਤ ਕਿਸੇ ਵੀ ਸਧਾਰਨ ਤੋਂ ਸਧਾਰਨ ਆਦਮੀ ਦੇ ਅੰਦਰ ਵੀ ਰੱਖ ਸਕਦਾ ਹੈ ਜਿਹਨੂੰ ਬਾਣੀ ਆਖਦੀ ਹੈ ਕਿ ਕੀੜਾ ਥਾਪ ਦੇ ਪਾਤਸ਼ਾਹੀ ਤਾਂ ਲਸ਼ਕਰ ਕਰੇ ਸੁਭਾ ਉਹ ਕੀੜੀ ਦੇ ਵਿੱਚ ਸ਼ਕਤੀ ਵੀ ਰੱਖ ਦੇਵੇ ਤੋ ਉਹ ਕਰੋੜਾਂ ਲਸ਼ਕਰਾਂ ਨੂੰ ਤਵਾ ਕੰਦੀ ਸਮਰੱਥਾ ਰੱਖਦੀ ਹੈ ਇਸੇ ਤਰ੍ਹਾਂ ਪਰਮੇਸ਼ਰ ਹੈ ਉਹ ਕਿਸੇ ਦੇ ਅੰਦਰ ਵੀ ਕੋਈ ਕਲਾ ਜਿਹੜੀ ਆ ਉਹ ਅਗਰ ਰੱਖ ਦੇਵੇ ਤੇ ਦੂਸਰਾ ਆਦਮੀ ਜਿਹੜਾ ਹੈ ਜਿਹੜਾ ਮਾਣ ਰੱਖਦਾ ਹੈਗਾ ਕਿ ਮੇਰੀ ਕਲਾ ਨੂੰ ਕੋਈ ਹਰਾ ਨਹੀਂ ਸਕਦਾ ਫਿਰ ਉਸ ਦਾ ਮਾਣ ਜਿਹੜਾ ਪਰਮੇਸ਼ਰ ਇਸ ਤਰੀਕੇ ਨਾਲ ਤੋੜਦਾ ਜਿਵੇਂ ਬੀਜੂ ਨੇ ਤੈਨ ਸੰਗ ਬਈ ਦਾ ਮਾਣ ਤੋੜਿਆ ਸੀਗਾ ਸੋ ਦਾਸ ਇਨਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਜਕ ਹੈ ਜੀ ਹੋਈਆਂ ਬਿਆੰਤ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ